ਅਸਾਂ ਕਦੋਂ ਨੰਗ ਉੱਥੇ ਜਿਹਦੇ ਨਾਦਰਾ ਬਣਵਾਉਣ ਲੈ ਗਿਆ ਉਸਮਾਨ ਭੱਟੀ ਵਜਦਾਨ ਦਾ ਰਗਿੰਦਰਾਓ ਜੀ ਵਜਦਾਨ ਦਾ ਉਸਮਾਨ ਭੱਟੀ ਸ਼ਕੀਲ ਭੱਟੀ ਨਾਲ ਸ਼ਾਗਿਰਦ ਹੈ ਜੀ ਪੱਪੂ 2000 ਰੁਪਇਆ ਵਜਦਾਨ ਇਹ 5000 ਬਲਕਿ 3500 ਰੁਪਇਆ ਵਜਦਾਨ ਤਾਰਾ ਕੇ ਦਿਓ ਜੀ ਉਹ ਬੱਟ ਡੈਮੇਜ ਹੋ ਗਿਆ ਉਹ ਵਿਨਰ ਹੋ ਗਿਆ ਲਿਆਸਾ ਇਹ ਡੈਮੇਜ ਹੋਇਆ ਉਸ ਵਜ੍ਹਾ ਤੋਂ ਵਜਦਾਨ ਤਾਰਕ ਸੋਟੇ ਦਾ ਵਿਨਰ ਹੈ ਉਮਰ ਪਰਵੇਜ਼ ਤੋਮਰ ਦਾ ਮਲਕ ਆਦਿਲ ਚਲੋਈ ਜੀ ਉਸਮਾਨ ਚੜਾਨ ਕੰਗੀ ਤੇ ਦਲਾਵਰ ਚੜਾਨ ਤੇ ਲੱਗ ਗਿਆ ਗੰਗਾ ਜੀ ਵਾਸਤੇ ਮੈਦਾਨ ਤੋਂ ਵਜੋ ਇਹ ਮਾਈਕੇ ਸੁਣ ਆਵਾਜ਼ ਇਸ ਨਾਲ ਇਹ ਗੋਸ਼ਾ ਨਹੀਂ ਹੈ ਆਗੇ ਕਦਾਂ ਮਾਰੋ ਨੇ ਇਹਦਾ ਬੜਾ ਅਫਸੋਸ ਹੈ ਉਸੋਂ ਕੀ ਬਾਣੀ ਪੈਣੀ ਹੈ ਗੱਲ ਕਸਮ ਸੇ ਰੈਫੀ ਅਜ਼ਾਦ ਮੋੜਾ ਜੀ ਪਿੱਛੇ ਸਜਾਦ ਜੀ ਬਹਿ ਜਾਓ ਕਾਮੀ ਪੁੱਤਰ ਬਹਿ ਜਾਓ ਸਾਹਿਬ ਸਾਹਿਬ ਜਨਾਬ ਤੋਂ ਐਸੇ ਸਪੈਸ਼ਲ ਫੋਨ ਕੀਤਾ ਸੀ ਦੁਬਈ ਤੋਂ ਸਾਹਿਬ ਨਾਲ ਸਾਹਿਬ ਹਬੀਬ ਕਮਾਂਡੋ ਆਓ ਜੀ ਇਸਰਾਰ ਦੇ ਮੈਰੀ ਆਓ ਜੀ ਦਲਾਵਰ ਨਾ ਕੰਗਾ ਭਾਈ ਕਦੋਸ ਜੀ ਆਓ ਜੀ ਦਲਾਵਰ ਇਕਬਾਲ ਸ਼ਰਾਜ਼ੀ ਨਾ ਸਰਦਾਦਾ ਦਾ ਲਾਲੇ ਫਜ਼ਲ ਅਹਿਮਦ ਰੋਣਾ ਬਣਿਆ ਜੀ ਬਹੁਤ ਅੱਛੀ ਪਕੜ ਜੀ ਹਾਏ 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 ਦਲਾਵਰ ਨੇ ਕਿਹਾ ਖੂਬਸੂਰਤ ਕੰਗੀ ਬਾਡੀ ਲੈਂਗੁਏਜ ਪਰਫੈਕਟ ਪਹਿਲਵਾਨ ਜੀ ਪਹਿਲਵਾਨ ਅਸਦ ਪਹਿਲਵਾਨ ਆਰਸ ਨਾ ਕਜ਼ਾ ਹਾਏ 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 ਕੀ ਬਾਤ ਹੈ ਕੀ ਖੂਬਸੂਰਤ ਵਾਰੀ ਕਰੋ ਜੀ ਤਾਲੀ ਖੂਬਸੂਰਤ ਸਤੈ ਬਹੁਤ ਅੱਛਾ ਹਾਏ ਤਾੜੀਆਂ ਸ਼ਰਾਜ਼ੀ ਨਾਰੀਆਂ ਬਿਹਤਰੀਨ ਕੰਗੀ ਵਾਹਦੀਵਾ ਸਾਗਮ ਰਾਜਾ ਦਾ ਫੈਜ਼ਾਨ ਆਓ ਜੀ ਇਸ ਦੀ ਬਾਅਦ ਉਮਰ ਦਾ ਆਦਿਲ ਆਓ ਜੀ ਵਿਚੋ ਵਿਚੋ ਜੀ ਬਚੋ ਕੰਗੀ ਬਿਸਮਿਲ੍ਲਾ ਜੀ ਦਿਲਾਵਰ ਇਕਬਾਲ ਸ਼ਰਾਜ਼ੀ ਦਾ ਸਭ ਦਾਦਾ ਵਿਨਰ ਆ ਜੀ 3500 ਰੁਪਇਆ ਇਸਕੇ ਦਿਓ ਦੋਵਾਂ ਬੱਚਿਆਂ ਤਰ੍ਹਾਂ ਹੋਏ ਇੱਕ ਟਰਾਫੀ ਦਿਓ ਗੋਲਡ ਮੈਡਲ ਦਿਓ 1000 ਰੁਪਇਆ ਦਿਓ ਜੱਗਾ ਫੋਰਸ ਦੀ ਤਰਫੋਂ ਦਿਓ ਜੀ ਆਓ ਜੀ ਮਿਰਜ਼ਾ ਕਾਸ਼ਿਫ ਜੀ